ਕਿਸਾਨ ਸਾਥੀਓ ਪਿਛਲੀ ਵੀਡੀਓ ਦੇ ਵਿੱਚ ਆਪਾਂ ਦੇਖਿਆ ਕਿ ਕਿਹੜੇ ਕਿਹੜੇ ਕਾਰਨਾ ਕਰਕੇ ਜਿਹੜਾ ਝੋਨੇ ਦਾ ਤੇਲਾ ਹੈ ਦੇਖੋ ਝੋਨੀ ਦੇ ਵਿੱਚ ਤੇਲਾ ਨਹੀਂ ਹੁੰਦਾ ਇਹ ਹੋਪਰ ਹੁੰਦਾ ਜਾਂ ਟਿੱਡਾ ਹੁੰਦਾ ਜਿਹੜਾ ਕਿ ਰਸ ਚੂਸ ਕੇ ਨੁਕਸਾਨ ਕਰਦਾ ਹੈ ਇੱਕ ਚਿੱਟੀ ਪੈਠਾ ਵਾਲਾ ਹੁੰਦਾ ਇੱਕ ਪੂਰਾ ਪੂਰਾ ਟਿੱਡਾ ਹੁੰਦਾ ਠੀਕ ਹੈ ਇਹ ਜਿਹੜੇ ਦੋਵੇਂ ਟਿੱਡੇ ਐ ਇਹ ਟਿੱਡੇ ਰਸ ਚੂਸ ਕੇ ਜਿਹੜਾ ਨੁਕਸਾਨ ਕਰਦੇ ਐ ਤਾਂ ਤੁਹਾਨੂੰ ਜਿਵੇਂ ਪਿਛਲੀ ਵੀਡੀਓ ਚ ਦੱਸਿਆ ਸੀ ਬਾਈਫੈਂਥ੍ਰਿਨ, ਡੈਲਟਾ ਮੈਥ੍ਰਿਨ, ਸਾਈਪਰਮੈਥ੍ਰਿਨ, ਲਿੰਬੜਾਸਾਈ ਹੈਲੋਥੇਨ, ਫੈਨਵਲ ਰੈਟ੍ਰਿਨ ਜਾਂ 1 ਲੱਖ ਵਗੈਰਾ ਦੇ ਸਪਰੇਅ ਕਰਨ ਦੇ ਨਾਲ ਇਹਦੀ ਸੰਖਿਆ ਤੇਜ਼ੀ ਨਾਲ ਵਾਧੀ ਹੈ। ਪਾਣੀ ਦਾ ਪ੍ਰਬੰਧ ਸਹੀ ਹੋਣਾ ਨਾ ਹੋਣ ਕਰਕੇ ਵੀ ਤੇਜ਼ੀ ਨਾਲ ਸੰਖਿਆ ਵਾਧੀ ਹੈ। ਤਾਂ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਇਹਦਾ ਕੰਟਰੋਲ ਕਿਵੇਂ ਕਰਨਾ ਹੈ। ਮੈਂ ਹਾਂ ਕੁਲਦੀਪ ਸਿੰਘ ਸ਼ੇਰਗਿਲ ਮਰਖਾਈ ਪਹਿਲਾ ਫਤੇਰੀ ਸਾਂਝ ਪਾਉਣੀ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੋਸਤੋ ਇੱਕ ਗੱਲ ਕਹੀ ਜਾਂਦੀ ਹੈ ਕਿ ਝੋਨੇ ਦੇ ਤੇਲੇ ਦਾ ਜਾਂ ਹੋਪਰ ਦਾ ਜਾਂ ਟਿੱਡੇ ਦਾ ਕੰਟਰੋਲ ਆਖੇ ਪਹਿਲਾਂ ਹੀ ਕਰ ਲੋ ਜੇ ਬਾਅਦ ਚ ਇਹ ਕੰਟਰੋਲ ਨਹੀਂ ਹੁੰਦਾ ਇਸ ਤਰ੍ਹਾਂ ਦੀ ਗੱਲ ਨਹੀਂ ਹੋਏਗੀ ਦੋਸਤੋ ਜਿੰਨੀ ਦੇਰ ਤੱਕ ਤੁਹਾਨੂੰ ਪ੍ਰਤੀ ਬੂਟਾ ਪੰਜ ਟਿੱਡੇ ਨਾ ਦਿਖਾਈ ਦੇਣ ਕਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਜੇ 5 ਟਿੱਡੇ ਪ੍ਰਤੀ ਬੂਟਾ ਦਿਖਾਉਂਦੇ ਆ ਤਾਂ ਸਾਨੂੰ ਸਪਰੇਅ ਕਰਨ ਦੀ ਲੋੜ ਹੈ ਸਪਰੇਅ ਕੰਮ ਕਦੋਂ ਨਹੀਂ ਕਰਦੀ ਸਪਰੇਅ ਕੰਮ ਉਦੋਂ ਨਹੀਂ ਕਰਦੀ ਜਦੋਂ ਤੁਹਾਡਾ ਬੂਟਾ ਤੇਲੇ ਦੇ ਕਰਕੇ ਬੁਰੇ ਤਰੀਕੇ ਨਾਲ ਸੁੱਕ ਜਾਂਦਾ ਹੈ ਉਸ ਸਮੇਂ ਸਪਰੇਅ ਕੰਮ ਨਹੀਂ ਕਰਦੀ ਜੇਕਰ ਇੱਕੋ ਰਾਤੋਂ ਰਾਤ ਇਲਾਣੀ ਵਧਦਾ ਹੁੰਦਾ ਜਦੋਂ ਤੁਹਾਨੂੰ ਖੇਤ 'ਚ ਦਿਖੇ ਕਿ 5-7 ਟਿੱਡੇ ਇੱਕ ਬੂਟੇ ਤੇ ਆ ਗਏ ਆ ਉਸ ਟਾਈਮ ਤੇ ਇਹਦਾ ਸਪਰੇਅ ਸਾਡਾ ਕਰਨਾ ਬਣਦਾ ਹੈ ਸਪਰੇਅ ਕਰਨ ਲੱਗਿਆਂ ਵੀ ਕਿਸਾਨ ਵੀਰ ਕਈ ਵਾਰੀ ਕਹਿੰਦੇ ਆ ਕਿ ਯਾਰ ਦਵਾਈ ਨੇ ਕੰਟਰੋਲ ਨਹੀਂ ਕੀਤਾ ਦੋਸਤੋ ਪਹਿਲੀ ਗਲਤੀ ਇਹ ਹੈਗੀ ਹੈ ਕਿ ਟਿੱਡੇ ਦੀ ਜਾਂ ਹੌਪਰ ਦੀਆਂ ਤੇਲੇ ਦੀ ਸਪਰੇਅ ਇਕੱਲੀ ਕਰੀਦੀ ਹੈ ਇਹਦੇ ਵਿੱਚ ਕੋਈ ਹੋਰ ਦਵਾਈ ਨਹੀਂ ਰਲਾਈ ਦੀ ਜੇ ਮਜਬੂਰੀ ਨਾ ਹੋਵੇ ਤਾਂ ਜੇ ਮਜਬੂਰੀ ਹੈ ਫੇਰ ਕਦੇ ਰਲਾ ਸਕਦੇ ਆ ਤਾਂ ਵਧੀਆ ਇਹ ਹੈ ਕਿ ਦਵਾਈ ਨਾਲ ਲਾਈਏ ਦੂਸਰਾ ਫੁਹਾਰਾ ਜਿਹੜਾ ਹੈਗਾ ਬੂਟੇਰੀਆਂ ਜੜਾਂ ਵਾਲੇ ਪਾਸੇ ਕਰਕੇ ਮਾਰੀਦਾ ਸਪਰੇਅ ਕਰਨ ਲੱਗਿਆਂ ਵਧੀਆ ਕੰਟਰੋਲ ਲੈਣ ਲਈ ਤੀਜਾ ਪਾਣੀ ਵੱਤ ਵੱਦ ਲਈਦਾ ਹੈ ਚੌਥਾ ਸਪਰੇਅ ਕਰਨ ਦੇ ਸਮੇਂ ਖੇਤ ਦੇ ਵਿੱਚ ਪਾਣੀ ਨਹੀਂ ਖੜਾ ਹੋਣਾ ਚਾਹੀਦਾ ਠੀਕ ਹੁਣ ਜਿਹੜੇ ਕਿਸਾਨਾਂ ਨੇ ਤਾਂ ਖੇਤ ਦੇ ਵਿੱਚ ਪਹਿਲਾਂ ਊਲ ਜਲੂਲ ਗੰਦਪੈਲ ਸਪਰੇਅ ਨਹੀਂ ਕੀਤਾ ਉਹਨਾਂ ਦੇ ਖੇਤਾਂ ਦੇ ਵਿੱਚ ਤਾਂ ਜਿਹੜੀ ਆਪਣੀ ਪ੍ਰਾਣੀ ਥਾਇਆ ਮੈਥੋਕਸਿਮ ਆਉਂਦੀ ਹੈ ਸੇਵੇਂ ਜੀਆਂ ਵਾਲੀ ਜਾਂ ਅੱਜ ਕੱਲ ਲਾਲ ਜੀ ਥਾਇਆ ਮੈਥੋਕਸਿਮ ਆਉਣ ਲੱਗ ਪਈ ਹੈ ਲਿਕੁਇਡ ਦੇ ਵਿੱਚ ਇਹ 40 ਕਿਐਮਐਲ ਦਾ ਖੇਚ ਪਾ ਕੇ ਸਪਰੇਅ ਕਰ ਦਈਏ ਤਾਂ ਕੰਟਰੋਲ ਮਿਲ ਜਾਂਦਾ ਹੈ ਦੁਕਾਨਦਾਰ ਭਰਾ ਇਹਦੀ ਮਾਤਰਾ 100 ਐਮਐਲ ਜਾਂ 100 ਗ੍ਰਾਮ ਪਵਾਈ ਜਾਂਦੇ ਹੈ ਜੇ 100 ਐਮਐਲ ਜਾਂ 100 ਗ੍ਰਾਮ ਪਾਉਂਗੇ ਤਾਂ ਤੁਹਾਡੇ ਝੋਨੇ ਦੇ ਪੱਤੇ ਉਤੋਂ ਲਾਲ ਹੋ ਜਾਣਗੇ ਤੇ ਕਿਨਾਰੇ ਉਹਦੇ 2-2 ਇੰਚ ਤੱਕ ਜਿਹੜੇ ਹੈਗੇ ਆ ਉਹ ਖਰਾਬ ਹੋ ਜਾਣਗੇ ਨੁਕਾਂ ਇੱਕ ਸਾਡੇ ਕੋਲੇ ਦਵਾਈ ਆਉਂਦੀ ਹੈ ਅਮੀਡਾ ਕੇਲੋਪਰੇਡ 17.8% ਐਸਐਲ ਪੁਰਾਣੀ ਦਵਾਈ ਆ ਜਿਹਨੂੰ ਕਨਫੀਡੋਰ ਤੁਸੀਂ ਕਹਿੰਦੇ ਹੁੰਦੇ ਹੋ ਇਹ ਵੀ 40 ਐਮਐਲ ਪ੍ਰਤੀ ਕਿੱਲਾ ਤੁਸੀਂ ਸਪਰੇਅ ਕਰਕੇ ਪਾ ਸਕਦੇ ਹੋ ਅੱਜ ਕੱਲ ਅਮੀਡਾ 70% ਵੀ ਆਉਂਦੀ ਹੈ ਇਹ 10 ਲੀਟਰ ਪਾਣੀ 'ਚ 1 ਗ੍ਰਾਮ ਪਾ ਕੇ ਸਪਰੇਅ ਹੁੰਦੀ ਹੈ ਜਿਹੜੇ ਵੀਰ ਜੈਵਿਕ ਕੰਟਰੋਲ ਕਰਨਾ ਚਾਹੁੰਦੇ ਐ ਬਾਜ਼ਾਰ ਦੇ ਵਿੱਚ ਜੈਡੇ ਰੈਕਟਨ ਨਿਮਤਾ ਤੇਲ ਜਾਂ ਨਿਮਤੋ ਬਣੀ ਹੋਈ ਦਵਾਈ ਮਿਲਦੀ ਐ ਜਿਹੜੀ ਕਿ 1 ਲੀਟਰ ਪਾਣੀ ਦੇ ਵਿੱਚ 3 ਤੋਂ 5 ਐਮਐਲ ਪਾ ਕੇ ਸਪਰੇਅ ਕਰ ਸਕਦੇ ਐ ਠੀਕ ਐ ਜੀ ਸਾਡੇ ਕੋਲੇ ਭੂਰੀ ਪੇਠਾ ਵਾਲੇ ਜਾਂ ਕਾਲੇ ਤੇਲੇ ਦੇ ਕੰਟਰੋਲ ਦੇ ਲਈ ਬਿਪਰੋ ਫੀਜਨ ਦਾ ਵੀ ਸੀਗਾ ਪਰੰਤੂ ਬਿਪਰੋਫੀਜ਼ਨ ਦੋਸਤੋ ਤੇ ਥਾਈ ਮੈਥੌਕਸੀਮੇ ਦੋਵੇਂ ਦਵਾਈਆਂ ਬਾਸਮਤੀ ਦੇ ਉੱਤੇ ਬੈਨ ਕੀਤੀਆਂ ਹੋਈਆਂ ਕਿ ਅਸੀਂ ਬਾਸਮਤੀ ਦੇ ਉੱਤੇ ਸਪਰੇ ਨਹੀਂ ਕਰ ਸਕਦੇ ਠੀਕ ਹੈ ਤਾਂ ਫੇਰ ਸਾਡੇ ਕੋਲੇ ਹੁਣ ਕੋਈ ਦਵਾਈਆਂ ਇਹੋ ਜੀਆਂ ਜਿਹੜੀਆਂ ਕਿ ਨਵੀਆਂ ਤੇ ਮਹਿੰਗੀਆਂ ਨਵੇਂ ਟੈਕਨੀਕਲ ਆ ਗਈ ਹੈ ਇਹਨਾਂ ਬਾਰੇ ਮੈਂ ਇੱਥੇ ਗੱਲ ਕਰਨੀ ਚਾਹਾਂਗਾ ਕਿ ਉਹ ਕਿਹੜੇ ਐ ਜਦੋਂ ਤੁਹਾਡੇ ਖੇਤ ਦੇ ਵਿੱਚ ਪ੍ਰਤੀ ਬੂਟਾ 5 ਟਿੱਡੇ ਦਿਖਾਈ ਦਿੰਦੇ ਐ ਤਾਂ ਤੁਸੀਂ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਪਹਿਲੀ ਦਵਾਈ ਰਿਕਮੈਂਡ ਕੀਤੀ ਹੈ ਟਰਾਈ ਫਲੂਮੀ ਜੋਪਾਇਰਮ ਟਰਾਈ ਫਲੂਮੀ ਜੋਪਾਇਰਮ 10 ਐਸ ਸੀ ਜਿਹਨੂੰ ਤੁਸੀਂ ਪੈਕਸਾ ਲਾਉਣ ਦੇ ਨਾਮ ਦੇ ਨਾਲ ਬਾਜ਼ਾਰ 'ਚ ਜਾਣਦੇ ਹੋ 94 ਮਿਲੀਲੀਟਰ ਪ੍ਰਤੀ ਕਿੱਲਾ ਇਹਦਾ ਸਪਰੇਅ ਕਰਨਾ ਪੈਂਦਾ ਹੈ ਠੀਕ ਹੈ ਦੂਜੀ ਦਵਾਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਰਿਕਮੈਂਡ ਕਰਦੀ ਹੈ ਡਾਈ ਨੋਟੇ ਫੂਰਾਨ ਡਾਈ ਨੋਟੇ ਫੂਰਾਨ ਦੇਖੋ ਸਪੈਲਿੰਗ ਚ ਮੈਨੂੰ ਦਿੱਕਤ ਹੋ ਸਕਦੀ ਹੈ ਡਾਈ ਨੋਟੇ ਫੂਰਾਨ ਜਿਹਨੂੰ ਤੁਸੀਂ ਓਸ਼ੀਨ ਦੇ ਨਾਮ ਤੇ ਜਾਣਦੇ ਹੋ ਜਾਂ ਬਾਸਪ ਦੀ ਲੈਗੋਣਾ ਦੇ ਨਾਮ ਤੇ ਆਉਂਦੀ ਲੈਗੋਣਾ ਤਾਂ ਇਹ 80 ਐਮਐਲ ਪ੍ਰਤੀ ਕਿੱਲਾ ਪਾ ਕੇ ਸਪਰੇਅ ਕਰ ਸਕਦੇ ਆਂ ਦੋਸਤੋ ਇੱਕ ਚੀਜ਼ ਦਾ ਧਿਆਨ ਰੱਖਿਓ ਜੋ ਕਿ ਕੰਪਨੀ ਵਾਲੇ ਪਾਸੇ ਨਾ ਭਜਿਆ ਕਰੋ ਤੁਹਾਨੂੰ ਸਾਲਟ ਦੱਸਿਆ ਇਹ ਹੀ ਸਾਲਟ ਦੂਜੀ ਕੰਪਨੀ ਬੜਾ ਸਸਤੇ ਰੇਟ ਤੇ ਦੇ ਰਹੀ ਹੁੰਦੀ ਹੈ ਹੁਣ ਜਿਵੇਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਰਿਕਮੈਂਡ ਕਰਦੀ ਹੈ ਪਾਈ ਮੈਟਰੋਜਨ 50 ਡਬਲਯੂਜੀ 120 ਗ੍ਰਾਮ ਜਿਹਨੂੰ ਕਿ ਬਾਜ਼ਾਰ ਚ ਚੈਸ ਦੇ ਨਾਮ ਤੇ ਜਾਣਦੇ ਹੁਣ ਚੈਸ ਸੰਜੈਂਟਾ ਦੀ ਆ ਰਹੀ ਹੈ ਬਾਸਫ ਵੀ ਪਾਈ ਮੈਟਰੋਜਨ ਦੇ ਰਹੀ ਹੈ ਸ਼ਰੀਰਾਮ ਵੀ ਦੇ ਰਹੀ ਹੈ ਟਾਟਾ ਵੀ ਦੇ ਰਹੀ ਹੈ, ਅਤੁਲ ਵੀ ਦੇ ਰਹੀ ਹੈ, ਐਕਸਲ ਵੀ ਦੇ ਰਹੀ ਹੈ, ਐਫਐਮਸੀ ਵੀ ਦੇ ਰਹੀ ਹੈ। ਤਾਂ ਜਿਸ ਕੰਪਨੀ ਦੀ ਦਵਾਈ ਤੁਹਾਨੂੰ ਸਸਤੀ ਮਿਲਦੀ ਹੈ ਉਹਦੀ ਲਓ। ਟੈਕਨੀਕਲ ਨੋਟ ਕਰੋ। ਬ੍ਰਾਂਡ ਮਗਰ ਜ਼ਿਆਦਾ ਭੱਜਣ ਦੀ ਮੇਰੇ ਖਿਆਲ 'ਚ ਲੋੜ ਨਹੀਂ ਹੈਗੀ। ਤਾਂ ਇਹ ਦਵਾਈਆਂ ਜਿਹੜੀਆਂ ਹੈਗੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਰਿਕਮੈਂਡ ਕਰਦੀ ਹੈ। ਇਹਦੇ ਬਿਨਾ ਇੱਕ ਦਵਾਈ ਗਲੇਮਰ ਹੈ ਜੀਚ ਐਥੀਪ੍ਰੋਲ ਪਲੱਸ ਮੀਡਾ ਕੋਲੋਪਰੇਡ ਹੈ। ਐਥੀਪ੍ਰੋਲ ਤੇ ਮੀਡਾ ਕੋਲੋਪਰੇਡ ਦੋ ਦਵਾਈਆਂ ਰਲੀਆਂ ਹੋਈਆਂ। ਇਹ 50 ਗ੍ਰਾਮ ਪ੍ਰਤੀ ਕਿੱਲਾ ਜਿਹੜਾ ਹੈਗਾ ਤੁਸੀਂ ਇਹ ਵੀ ਪਾ ਕੇ ਸਪਰੇਅ ਕਰ ਸਕਦੇ ਹੋ ਇਹਦੇ ਨਾਲ ਵੀ ਕੰਟਰੋਲ ਮਿਲ ਜਾਂਦਾ ਹੈ ਤਾਂ ਇਹਨਾਂ ਦਵਾਈਆਂ ਤੋਂ ਬਿਨਾ ਜੇ ਖੇਤ ਦੇ ਵਿੱਚ ਡੈੱਡ ਹਾਰਟ ਆ ਗਿਆ ਮੱਕੇ ਦੀ ਦਵਾਈਆਂ ਤੋਂ ਉਦੋਂ ਕਰਨੀਆਂ ਨਾ ਜਦੋਂ ਝੋਨਾ ਹਰਾ ਹੈ ਜਦੋਂ ਝੋਨਾ ਸੁੱਕ ਗਿਆ ਡੈੱਡ ਹਾਰਟ ਹੋ ਗਿਆ ਆਏ ਹੋ ਗਿਆ ਕਿ ਅੱਗ ਲੱਗੀ ਹੁੰਦੀ ਹੈ ਤਾਂ ਉਸ ਟਾਈਮ ਤੇ ਦਵਾਈਆਂ ਨੇ ਕੰਮ ਨਹੀਂ ਕਰਨਾ ਉਸ ਟਾਈਮ ਤੇ ਜਿਹੜਾ ਸਾਡਾ ਪੁਰਾਣੇ ਸਾਲਾਂ ਦਾ ਜਿਹੜਾ ਤਰੀਕਾ ਹੈਗਾ ਕਿ ਵੀ ਪਾਈਆ ਇੱਕ ਡੀ ਡੀ ਵੀ ਪੀ ਲੈ ਲਈਦੀ ਹੈ ਅੱਧਾ ਕਿਲੋ ਕਲੋਰੋ ਪੈਰੀਫਾਸ 50% ਵਾਲੀ ਹੈ ਇਹਨੂੰ ਰੇਤਾ ਦੇ ਵਿੱਚ ਰਲਾ ਕੇ ਅਸੀਂ ਖੇਤ ਦੇ ਵਿੱਚ ਛਿੱਟਾ ਦੇ ਦਿੰਨੇ ਆ ਗੈਸ ਦੇ ਨਾਲ ਜਿਹੜਾ ਹੈਗਾ ਸਾਰਾ ਮਰ ਜਾਂਦਾ ਹੈ ਕਈ ਕਿਸਾਨ ਵੀਰ ਜੀਆਂ ਕੀ ਕਹਿੰਦੇ ਆ ਇਸ ਤਰ੍ਹਾਂ ਦੀ ਗੈਸ ਬਣਾਉਣ ਵਾਲੀ ਦਵਾਈ ਹੈ ਉਹਦਾ ਖੇਤ ਦੇ ਵਿੱਚ ਛਿੱਟਾ ਦਿੰਦੇ ਆ ਉਹਦੇ ਨਾਲ ਵੀ ਮਰ ਜਾਂਦਾ ਹੈ ਪਰantu ਇਹ ਆਖਰੀ ਇਤਿਹਾਰ ਹੈ ਕਈ ਕਿਸਾਨ ਵੀਰੇ ਇਹਨੂੰ ਪਹਿਲ ਦੇ ਆਧਾਰ ਤੇ ਵਰਤ ਲੈਂਦੇ ਪਹਿਲਾਂ ਨਹੀਂ ਵਰਤਨਾ ਪਹਿਲਾਂ ਮਿੱਤਰ ਕੀੜੇ ਮਾਰ ਦੂਗੇ ਇਹ ਇਹ ਅਸੀਂ ਜਮਾਂ ਅਖੀਰ ਤੇ ਵਰਤਨਾ ਹੈ ਜਦੋਂ ਤੁਹਾਨੂੰ ਲੱਗਿਆ ਕਿ ਕੰਟਰੋਲ ਨਹੀਂ ਹੁੰਦਾ ਭਰਾਓ ਇਹ ਤਾਂ ਡੈੱਡ ਹਾਰਟ ਬਣ ਗਿਆ ਤਾਂ ਅੱਗ ਨਿਕਲੀ ਵਾਂਗੂ ਹੋ ਗਿਆ ਉਸ ਟਾਈਮ ਤੇ ਤੁਸੀਂ ਇਹਨੂੰ ਵਰਤ ਸਕਦੇ ਹੋ ਤਾਂ ਦੋਸਤੋ ਉਮੀਦ ਕਰਦਾ ਹਾਂ ਕਿ ਇਹ ਜਾਣਕਾਰੀ ਤੁਹਾਡੇ ਲਈ ਲਾਹੇਵੰਦ ਸਾਬਤ ਹੋਏਗੀ ਇਹਨਾਂ ਦਵਾਈਆਂ ਦੇ ਵਿੱਚੋਂ ਕੋਈ ਇੱਕ ਦਵਾਈ ਲੈ ਕੇ ਮੁੱਢਾਂ ਵਾਲੇ ਪਾਸੇ ਨੂੰ ਫੁਹਾਰਾ ਕਰਕੇ ਵੱਧ ਪਾਣੀ ਲਾ ਕੇ ਸਪਰੇਅ ਕਰੋ ਸਪਰੇਅ ਕਰਦੇ ਸਮੇਂ ਖੇਤ ਦੇ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਤਾਂ ਤੁਹਾਡਾ ਖੇਤ ਜਿਹੜਾ ਵਿੱਚੋਂ ਜਿਹੜਾ ਹੈਗਾ ਝੋਨੇ ਦੇ ਜਿਹੜੇ ਟਿੱਡੇ ਹੈਗੇ ਆ ਇਹਨਾਂ ਦਾ ਵਧੀਆ ਕੰਟਰੋਲ ਕਰ ਸਕਦੇ ਹਾਂ ਦੋਸਤੋ ਜੇ ਡੈੱਡ ਹਾਰਟ ਹੋ ਗਿਆ ਜਿੱਥੇ ਗੋਲ-ਗੋਲ ਬਣ ਗਿਆ ਤਾਂ ਉੱਥੇ ਜਿਹੜਾ ਹੈਗਾ ਫੇਰ ਤੁਹਾਨੂੰ ਜਿਹੜੀ ਛਿੱਟਾ ਦੇਣ ਦੀ ਗੱਲ ਕੀਤੀ ਓਹੋ ਹੀ ਕੰਮ ਕਰੇਗਾ ਧੰਵਾਦ ਦੋਸਤੋ ਮਿਹਰਬਾਨੀ ਦੋਸਤੋ